ਆ ਜੋ ਬਾਬਾ ਜੀ ਜਰਾ ਮਿਹਰਬਾਨੀ ਕਰੋ। ਲੇਕਿਨ ਉਹਦੇ ਅਲਗੋਰ ਨਾਲ ਹੀ ਵੇਖਣਾ ਸ਼ੂਸ਼ਰਕ ਪਾਣੀ ਲਾਲ ਸਿੰਘ ਹਰ ਪਤੇ ਚਾੜ ਗਾਂ ਖਾਣਾ ਤੇਲੀ ਲੰਗੜਾ ਟਾਟਾ ਚਿੱਚੇ ਕੜੀ ਚਿੱਕ ਡੈਟ ਜਿੰਨਾ 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 ਆ ਜਾ ਕਮਾਨ। ਜਿਹੜੇ ਜਿੰਨ ਹੁੰਦੇ ਸਿੰਘ ਉਹ ਬੁਲਾ ਨਾ, ਇਹ ਉਹੀ ਜਿੰਨ ਆ ਬੱਚਾ। ਉਸਤਾਦ ਜੀ ਜਿੰਨ ਨੀ ਹੈਗਾ, ਭੱਟੀਆਂ ਦਾ ਮੁੰਡਾ ਤੇ ਨਸ਼ਾ ਕਰ ਕਰ ਪਾਗਲ ਹੋ ਗਿਆ। ਮੈਂ ਸਿੰਗਲ ਸਿੰਘ ਹੈਗਾ ਵਾ। ਸਿੰਘ ਨੀ ਹੈਗਾ, ਉਹਦੀ ਰਸੌਲੀ ਬਾਹਰ ਆਈ। ਕੰਧ ਕਰਾਉਣੀ ਅਸੀਂ ਕਰ ਦੇ। ਉਹ ਮੈਨੂੰ ਕਿਤੇ ਗੇਟਾਂ ਤੋਂ ਫੜਿਆ ਉਹਨੇ, ਉਹੀ ਗੱਲ। ਫਿਰ ਬਾਬਾ ਜੀ ਕਿਹੜਾ ਅੰਦਰ ਤੁਹਾਡੇ ਕੋਲ ਲਾਸਟਕ ਖਿੱਚੀ ਜਾਂਦੀ, ਕੀ ਹੋ ਗਿਆ ਬੈਠੇ ਬੈਠੇ? ਮੇਰੇ ਜਿੰਨ ਦਾ ਦਿਲ ਦੁਖਾਇਆ ਤੁਸੀਂ। ਅਰੇ ਨਹੀਂ ਬਾਬਾ ਜੀ, ਹਮ ਐਸਾ ਨਹੀਂ ਕਰਤੇ, ਹਮਨੇ ਤਾਂ ਵੈਸੇ ਉਸ ਕੇ ਸਾਥ ਮਜ਼ਾਕ ਕੀਆ। ਫਸਮ ਕਰਾਂਗਾ ਤੁਹਾਨੂੰ ਪਤਾ ਜੀ। ਤੇਰਾ ਬੇੜਾ ਤੇਰੇ ਕਹਾਂ ਭੇਜਣੇ ਲੱਗੇ ਬਾਈ ਜੀ? ਇਹਦੇ ਅੰਦਰ ਭੇਜਣਾ, ਘਰ ਕੇ ਇਹਦੇ ਅੰਦਰ, ਇਹਦੇ ਅੰਦਰ ਭੇਜਾਂਗਾ। ਪਹਿਲੇ ਤੇਰੇ ਅੰਦਰ ਜਾਣ ਕੇ ਦੇ। ਮੈਂ ਤਾਂ ਕਹਿੰਦਾ ਪਹਿਲੇ ਘਰ ਭੇਜ ਦਿਓ ਯਾਰ। ਕਾਹਦਾ ਤੂੰ ਘਰ ਭੇਜ ਦਿਓ ਬਾਈ, ਉਹ ਐਸੇ ਹੀ ਹੁੰਦਾ ਹੈ। ਤੂੰ ਘਰ ਫੋਨ ਕਰਕੇ ਕਿਹਾ ਵੀ ਜ਼ਰਾ ਸਾਈਡਾਂ ਤੇ ਹੋ ਜਾਓ, ਜਿੰਨਾ ਹੈ ਜਿੰਨਾ ਪਤਾ ਕਰਕੇ ਆ। ਅੱਛਾ ਜੀ, ਬਹਿ ਇੱਥੇ, ਬਹਿ ਕੇ ਪਤਾ ਕਰ, ਜਿੰਨਾ ਦੇ ਅੰਦਰ ਜਾ, ਅੰਦਰ ਜਾ ਕੇ ਪਤਾ ਕਰ ਬਾਈ। ਗੁਲ ਡਰ ਗਿਆ ਜਿੰਨਾ ਦੇ, ਇਹਦੇ ਦਿਲ ਦੇ ਵਿੱਚ ਵੇਖ ਕੀ ਛੁਪਿਆ ਵਾ। ਬਾਬਾ ਜੀ ਇਹਦਾ ਦਿਲ ਪੌਣਾ ਕਾਲਾ ਹੋ ਚੁੱਕਿਆ, ਇਹ ਬੱਚਾ ਮੁਨਾਫਕੇ। ਮਾੜਾ ਨਾ ਕਪੜਾ ਮਾਰਦੇ, ਬਸ ਇੰਨੀ ਗੱਲ ਆ ਇਹਦੇ ਚ ਕਿਹੜੀ। ਨਹੀਂ ਲੈ ਮੈਂ ਆਪ ਸੁਣੋ ਆ ਪਲੀਜ਼, ਦਿਮਾਗ ਚੈੱਕ ਕਰ ਇਹਦਾ, ਦਿਮਾਗ ਚੈੱਕ ਕਰ ਜਿੰਨਾ। ਓਏ ਹੋਏ, ਐ ਦਿਮਾਗ ਚੈੱਕ ਕਰ ਇਹਦਾ। ਮੇਰਾ ਨਾ ਪਤਾ ਕੀ ਉਹਨਾਂ ਨੂੰ ਕਿਹਾ, ਜਿੰਨ ਨੂੰ ਮੈਂ ਨਾ ਐਚ ਬਲੋਰੀ ਟੈਸਟ ਕਰਾਇਆ ਸੀ, ਉਦੋਂ ਪਤਾ ਕਰਿਓ ਵਿੱਚ ਕੋਈ ਹੈ ਐਂਟੀਬਾਇਓਟਿਕ। ਦਿਮਾਗ ਤੇ ਹਾਲੇ ਦਿਮਾਗ ਚ ਬੜੇ। ਬਾਬਾ ਜੀ ਚੈੱਕ ਕਰਾਓ, ਉਹਦਾ ਤੂੜੀ ਚ ਹੱਥ ਵੱਜ ਜਾਣਾ ਜੀ। ਹਾਂਜੀ, ਦਿਮਾਗ ਦੇ ਵਿੱਚ ਦੋ ਮੁਸ਼ਾਇਰੇ ਲਿਖੇ ਪਏ ਨੇ। ਜਿੰਨਾ ਉਹ ਮੁਸ਼ਾਇਰੇ ਪਾਲਿਆ। ਕਿਉਂ ਬਾਬਾ? ਕਿਉਂਕਿ ਬਾਬੇ ਨੇ ਨਹੀਂ ਲਿਖੇ ਅਜੇ ਤੱਕ। ਯਾਰ ਬਾਬਾ ਜੀ ਇਸਕੋ ਆਪ ਬਾਹਰ ਨਿਕਾਲੇ ਪਲੀਜ਼। ਹੁਣ ਘਰ ਭੇਜੋ ਬਾਬਾ ਜੀ। ਉਹ ਕਾਹਦੇ ਤੂੰ ਸਾਨੂੰ? ਉਹ ਭਾਈ ਤੂੰ ਘਰ ਫੋਨ ਕਰ ਦੇ ਨਾ। ਨਹੀਂ ਨਹੀਂ ਘਰ ਹੈ ਨਹੀਂ ਕੋਈ, ਪਰਦਾ ਕਰ ਲੈ। ਕੋਈ ਨਹੀਂ ਹੈਗਾ? ਨਹੀਂ ਹੈਗਾ। ਬਦਰ ਘਰ ਭੇਜੋ। ਕਿਹਦੇ? ਫਰੀਦ ਸਾਹਿਬ ਆਇਆ। ਬਸ ਮੈਂ ਹੁਣ ਹੀ ਆਇਆ ਜੀ। ਨਹੀਂ ਨਹੀਂ ਓਏ, ਘਰ ਜਾ ਰਹੇ ਪਤਾ ਕਰ ਗਿਆ। ਘਰ ਦੇ ਵਿੱਚ ਕੋਈ ਸਾਇਆ ਸੂਆ ਕੋਈ ਕਿਸੇ ਨੇ ਕੁਝ ਕੀਤਾ ਤਾਂ ਨਹੀਂ? ਉਹਦਾ ਚੈੱਕ ਕਰਨਾ ਬਾਬਾ ਜੀ। ਉਹ ਕਰ ਲੈਨੇ ਆ ਐਡਰੈਸ। ਤੂੰ ਕਾਹਦਾ ਜਿੰਨਾ ਹੈ? ਦਰਵਾਜ਼ਾ ਕਿਹੜਾ ਬੱਚਾ? ਬਾਬਾ ਜੀ ਇਹਨੇ ਦਰਵਾਜ਼ਾ ਕੋਈ ਨਹੀਂ ਲਵਾਇਆ। ਕਿਉਂ? ਉਹਦੇ ਉਹਦੇ ਨੰਗੀ ਜਾ ਰਹੇ ਨੇ, ਵੜੀ ਜਾ ਰਹੇ ਨੇ। ਭਾਜੀ ਇਹ ਗਲਤ ਘਰ ਆ, ਉਹਦੇ ਘਰ ਦਰਵਾਜ਼ਾ ਲੱਗਾ ਵਾ। ਭਾਜੀ ਫਲੈਕਸ ਲੱਗੀ ਉੱਥੇ, ਮਾਂ ਪੜੀ ਆ। ਸਹੀ ਪਹੁੰਚਿਆ, ਸਹੀ ਸਹੀ। ਉਹ ਪੁਰਾਣੇ ਘਰ ਵੜ ਗਏ। ਉਹਨਾਂ ਜੇ ਅੰਦਰ ਵੜ ਜਾ, ਇਹੀ ਘਰ ਆ ਇਹਦਾ। ਸਹੀ ਕਹੋ ਬਾਬਾ ਜੀ, ਵੜ ਜਾ, ਵੜ ਜਾ। ਜਿੰਨਾ ਇੱਥੇ ਜਿੱਥੇ ਕਹੇਗਾ, ਆਪਣੇ ਮਾਈ ਬੁੜੇ ਦਾ ਨਕਾਰਨਾਮਾ ਲੈ ਆਇਆ, ਆਪਣੀ ਸ਼ਨਾਖਤੀ ਕਾਰਡ ਦੀਆਂ ਤਿੰਨ ਕਾਪੀਆਂ ਲੈ ਆਇਆ ਤੈਨੂੰ ਇੱਥੇ ਫਲੈਟ। ਇਹਨੇ ਇੱਕ ਲੈਬ ਦਿੱਤਾ ਸੀ ਮੈਨੂੰ ਇੱਧਰ, ਕੋ ਹੈ ਰਾਇਆਬਾਦ ਪਾਲੀ ਸਾਈਡ ਤੇ। ਉਹਦੇ ਚ ਭਾਈ ਡਾਰੀ ਬਹੁਤ ਲੱਗਦਾ ਸੀਗਾ, ਸਾਇਆ ਸੀ ਉੱਥੇ ਕਿਤੇ। ਚਲੋ ਯਾਰ, ਚਲੋ ਜਾਓ ਜਲਦੀ। ਹਾਂ ਭਈਆ ਇੱਧਰ ਯਾਰ, ਰਾਜਾ ਵੜ ਜਾ ਜਲਦੀ ਕਰ। ਓ ਭਾਈ ਉਸਨੇ ਵੈਸੇ ਹੀ ਵੜ ਜਾਣਾ ਹੈ, ਉੱਥੇ ਬੈਠੇ ਹੋ। ਹਾਂਜੀ, ਅੱਲਾ ਮਾਫੀ ਦੇਵੇ, ਤੂੰ ਤਾਂ ਬੰਦ ਕਰ ਉਸਕੋ। ਸ਼ੁਆਵਾ ਦਾ ਚੱਕਰ ਜੀ, ਇਹਦੀ ਤਰ੍ਹਾਂ ਕਿੱਥੇ ਆ ਗਿਆ? ਕਿਤੇ ਗੰਦੇ ਨਾਲੇ ਚ ਛਾਲ ਮਾਰੀ ਨੇ, ਇੰਜ ਕੌਣ ਵੜਦਾ ਬੰਦੇ ਦੇ ਅੰਦਰ ਯਾਰ? ਜਿੰਨਾ ਤੇਰੀ ਮਰਜ਼ੀ ਨੇ ਚਾਹ ਬੇਲੀ ਆ, ਚੱਲ। ਕਿੱਥੇ ਆ ਗਿਆ? ਕੋਈ ਪਤਾ ਨੀ, ਹਨੇਰਾ ਹੀ ਹਨੇਰਾ, ਤੇਰੇ ਕੋਲ ਕਨੈਕਸ਼ਨ ਕੱਟ ਗਿਆ। ਰੋਸ਼ਨੀ ਘੱਟ ਆ ਜਿੰਨ ਬਾਸ਼ਾ।
ਹਾਂਜੀ ਇੰਜ ਕਰਕੇ ਥੱਲੇ ਨੂੰ ਸਵੈਪ ਕਰਤੇ ਉੱਥੋਂ ਬ੍ਰਾਈਟਨੈਸ ਵਧਾ ਲਾ। ਅੱਛਾ ਜੀ, ਇਹਦੇ ਵੱਲ ਸਭ ਕੀ ਚਾਹੁੰਦੇ ਨੇ? ਇਹਦੇ ਤੋਂ ਇਹਦੇ ਵੱਲ ਸਾ ਇਹ ਤੋਂ ਕੁਛ ਨਹੀਂ ਚਾਹੁੰਦੇ, ਕਹਿੰਦੇ ਘਰ ਨਾ ਆਵੇ ਬਸ। ਤੇ ਇਹ ਆਪਣੇ ਅਦਾਰੇ ਤੋਂ ਕੀ ਚਾਹੁੰਦਾ ਹੈ? ਇਹ ਅਦਾਰੇ ਤੋਂ ਜੋ ਚਾਹੁੰਦਾ ਹੈ ਮੈਂ ਦੱਸ ਦਿਆਂ ਤੇ ਅਦਾਰਾ ਤਹਿਸ ਨਹਿਸ ਹੋ ਜਾਵੇ। ਇਹ ਉਸਤਾਦਾਂ ਕੋ ਕੀ ਚਾਹੁੰਦਾ ਹੈ? ਇਹ ਉਸਤਾਦਾਂ ਕੋ ਸਿਰਫ 25 ਨੂੰ ਤਨਖਾਹ ਚਾਹੁੰਦਾ, ਇਸ ਤੋਂ ਇਲਾਵਾ ਕੁਛ ਨਹੀਂ ਚਾਹੁੰਦਾ। ਪੂਰਾ ਮਹੀਨਾ ਛੁੱਟੀ ਚਾਹੁੰਦਾ ਤੇ ਆਵਾਜ਼ ਤੋਂ ਅੱਗੇ ਨਿਕਲਣਾ ਚਾਹੁੰਦਾ ਹੈ। ਤੇ ਮਤਲਬ ਇੱਥੇ ਬਹੁਤ ਘੱਟ ਹੁੰਦਾ ਮੈਨੂੰ ਪਤਾ ਲੱਗਾ, ਉੱਥੇ ਟਾਈਮ ਕੰਮ 2-3 ਦਿਨ ਦਾ ਹੁੰਦਾ ਵਾ, ਸਾਨੂੰ 15-15 ਦਿਨ ਕਹਿੰਦਾ ਮੈਂ ਉੱਥੇ ਹਾਂ। ਇਸ ਤਰ੍ਹਾਂ ਤੁਹਾਨੂੰ ਗੋਲੀ ਦੇ ਰਿਹਾ 21 ਤਰੀਕ ਨੂੰ ਆ ਕੇ ਤੁਹਾਡੇ ਕੋਲ, 24 ਨੂੰ ਆ ਕੇ ਅੱਜ ਆਇਆ ਤੇ ਮੈਸੇਜ ਪੁਰਾਣੇ ਦਿਖਾਈ ਜਾਊਗਾ। ਵੇਖੋ ਸਰ ਜੀ, ਆਹ ਵੇਖੋ ਸਰ ਜੀ, ਲਾਤੀ ਬੱਚਾ ਕਮਰੇ ਚ ਜਾ, ਸਰਦਾਰ ਸਾਹਿਬ ਦੇ ਕਮਰੇ ਚ ਜਾ। ਕਰੋੜਾਂ ਰੁਪਈਆ ਦਾ ਸਮਾਨ ਮੇਰੀ ਬਾਹਰੋਂ ਲੌਕ ਲੱਗਾ ਜੀ, ਇਸ ਵਾਰੀ ਸ਼ਰਟਾਂ ਵੀ ਕਿਸੇ ਨੇ ਨੀ ਦਿੱਤੀਆਂ, ਰੁਪਈਆ ਸਾਰਿਆਂ ਦੀ ਸ਼ਰਟਾਂ ਲੈ ਲਿਆ ਕਿਸੇ ਨੇ ਨੀ ਦਿੱਤੀਆਂ। ਅੱਛਾ ਜੀ, ਮੈਨੂੰ ਪੁੱਛ ਕੇ ਦੱਸੋ ਕਿ ਸਾਡੇ ਇੱਥੇ ਆਫਿਸ ਦੇ ਵਿੱਚ ਜਰਾ ਸਾਰਾ ਫਿਰੇ, ਪੂਰਾ ਹਿਸਾਬ ਲਾਵੇ, ਠੀਕ ਹੈ? ਉੱਥੇ ਦੱਸੇ ਕੋਈ, ਇੱਥੇ ਤਾਂ ਨਹੀਂ ਕੋਈ ਮਸਲਾ? ਜਿੰਨਾ ਪੂਰੇ ਦਫ਼ਤਰ ਦਾ ਜਾਇਜ਼ਾ ਲਾ ਕੇ ਦੱਸ ਕਿੱਥੇ ਕੀ ਮਸਲਾ ਹੈ, ਕੈਮਰਾ ਮੈਨਾਂ ਤੱਕ ਦੱਸ ਮੈਨੂੰ, ਆ ਜਿਹੜੇ 2 ਨਵੇਂ ਆਏ ਆ ਇਹਨਾਂ ਦੇ ਬਾਰੇ 'ਚ ਵੀ ਦੱਸ ਮੈਨੂੰ। ਨਵਿਆਂ ਦਾ ਤਾਂ ਹਲੇ ਮੈਨੂੰ ਪਤਾ ਨਹੀਂ, ਮੈਂ ਹਲੇ ਚੈੱਕ ਨਹੀਂ ਕੀਤੀ, ਨਬਜ਼ ਨਹੀਂ ਫੜੀ ਜਾਣੀ। ਪੁਰਾਣਾ ਕੈਮਰਾਮੈਨ ਮੁੰਡਾ ਜ਼ੁਬੈਰ ਰੱਖਿਆ, ਉਹਦਾ ਬੜਾ ਪਲੀਅਰ ਗਾ ਮੂੰਹ ਹੈ, ਉਹਦਾ ਬੜਾ ਮਜ਼ਬੂਤ ਸਿੰਗਰ ਵਰਗਾ ਮੂੰਹ ਹੈ, ਉਹਦਾ ਛੋਟੇ ਤਾਲੇ ਵਰਗਾ ਮੂੰਹ ਹੈ ਬਾਬਾ ਜੀ, ਐਂ ਲੱਗਦਾ ਬੱਸ ਦੇ ਪਾਏਦਾਨ ਵਰਗਾ ਦਾ ਮੂੰਹ ਹੈ, ਐਂ ਢਿੱਲਾ ਜਿਹਾ ਮੂੰਹ ਲੈ ਕੇ ਬੈਠਾ, ਕੁਰਕੀ ਉੱਤੋਂ ਦੀ ਪਾਉਂਦਾ ਇੰਜ ਕਰਕੇ। ਸਜਾਦ ਜਾਨੀ ਸਾਹਿਬ ਦੇ ਰੂਮ ਚ ਜਾਵੇ, ਉੱਥੇ ਕੀ ਦੱਬਿਆ ਜਿਹੜਾ 6 ਘੰਟੇ ਉੱਠਦੇ ਨਹੀਂ, ਇਹ ਵੀ ਜ਼ਰਾ ਦੱਸ। ਸੈਕਿੰਡ, ਮੈਂ ਜਾ ਰਿਹਾ ਸਜਾਦ ਜਾਨੀ ਸਾਹਿਬ ਦੇ ਰੂਮ ਚ, ਆ ਸਟਾਰ ਮਾਈਨ ਦਬਾਉਣਾ ਜੀ ਜ਼ਰਾ। ਬਾਬਾ ਜੀ ਦਿਲ ਦਾ ਸਾਫ ਵਾਲਾ ਆਦਮੀ ਇਹ, ਕਿਸੇ ਨੂੰ ਨੀ ਮੰਨਣਾ ਨਾ, ਉਹਨਾਂ ਨੇ ਕਹਿਣਾ ਆਪਣਾ ਬੰਦਾ ਜਾਣ ਕੇ ਕੁਆਰਿਆ ਨਾ, ਤਨਖਾਹ ਤੇ ਮਿਲ ਗਈ ਜਾ, ਸਹੀ ਸਹੀ ਦੱਸ, ਬਾਹਰ ਨਿਕਲ ਮੇਰੇ ਚੋਂ। ਦਿਲ ਚ ਕੀ ਹੈ ਜਿੰਨਾ, ਕੀ ਹੈ ਦਿਲ ਚ? ਬਾਬਾ ਜੀ ਨਾ ਪੁੱਛੋ, ਕਿਉਂ ਨਾ ਪੁੱਛਾਂ ਦੱਸ। ਦਿਲ ਦੇ ਵਿੱਚ ਕੋ 25-26 ਲੂਰੀਆਂ ਨੇ ਬਾਬਾ ਜੀ। ਅੱਛਾ, ਮੈਂ ਤੈਨੂੰ 13-14 ਕਹੀਆਂ ਕਹਿ ਦਿੰਨਾ। ਹਾਂ, ਆਪਣੇ ਸਿਗਰਟਾਂ ਦੇ ਬਾਰੇ ਕੀ ਸੋਚਣ ਦੇ ਨੇ? ਬੜਾ ਅੱਛਾ ਸੋਚਦੇ ਨੇ, ਕਹਿੰਦੇ ਨੇ ਮੈਂ ਸਾਰਿਆਂ ਨੂੰ ਕੋਠੀਆਂ ਕਾਰਾਂ ਲੈ ਕੇ ਦੇਣੀਆਂ ਨੇ, ਲੇਕਿਨ ਸਿਗਰਟਾਂ ਦੇ ਕੋਲੋਂ ਇਹਨੂੰ ਵਫਾ ਮਿਲ ਰਹੀ ਹੈ ਫਿਲਹਾਲ। ਫਰੀਦ ਦੇ ਬਾਰੇ ਚ ਕੀ ਸੋਚਣ ਡੇ ਆ? ਅੱਛਾ ਸੋਚਦੇ ਨੇ, ਕਹਿੰਦੇ ਨੇ ਵੱਡੇ ਚੈਨਲ ਤੇ ਸੈੱਟ ਹੋ ਜਾਵੇ, ਇੱਧਰ ਵੀ ਕਰੀ ਜਾਵੇ ਉੱਧਰ ਵੀ ਕਰੀ ਜਾਵੇ, ਤੇ ਉਹ ਕੀ ਸੋਚ ਰਿਹਾ? ਉਹ ਕਹਿੰਦਾ ਮੈਂ ਉੱਧਰ ਹੀ ਕਰਦਾ। ਉਹ ਤੇਰਾ ਬਹੁਤ